ਗੁਰੂ ਪਿਆਰੀ ਸਾਹਿਬ ਸੰਗਤ ਜੀ ਸਵੇਰ ਤੋਂ ਪਰਸੋਂ ਰੋਜ਼ ਤੋਂ ਆ ਤੋਂ ਮੱਧ ਤੋਂ ਅੱਜ ਸੰਪੂਰਨ ਪਾਠਾਂ ਦੇ ਭੋਗ ਪਏ ਹਨ। ਆਪ ਜੀ ਤਿੰਨੇ ਦਿਨ ਰੱਜ ਕੇ ਸੇਵਾ ਕੀਤੀ ਹੈ, ਗੁਰੂ ਦੀ ਕਿਰਪਾ, ਗੁਰੂ ਨੇ ਕਲਾ ਵਰਤਾਈ ਹੋਈ ਹੈ। ਆਪ ਜੀ ਕਦਮ ਚੱਲ ਕੇ ਆਏ ਹੋ, ਸਭ ਦੀ ਹੋ ਜਾਵੇ ਸਵਾਸਾ ਸਫਲੀ। ਸਾਰੀਆਂ ਸੰਗਤਾਂ ਝੁਕਾਓ ਸਤਿਗੁਰਾਂ ਕੇ ਸੀਸ ਅਤੇ ਦਿਓ ਪਿਆਰ ਦਾ ਸਬੂਤ, ਇੱਕੇ ਆਵਾਜ਼ 'ਚ ਆਖੋ ਪ੍ਰੇਮ ਦੇ ਨਾਲ, ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਕਹਿਣ ਤੋਂ ਪਹਿਲਾਂ ਭਾਈ ਸਾਹਿਬ ਸਤਿਕਾਰਯੋਗ ਲਖਵੀਰ ਸਿੰਘ ਜੀ ਬਲਾਲਾ, ਜਦੋਂ ਆ ਕੇ ਅਸੀਂ ਇੱਥੇ ਬੈਠੇ ਹੀ ਸੀਗੇ ਗੁਰੂ ਦੀ ਗੋਦ ਦੇ ਵਿੱਚ, ਉਹਨਾਂ ਨੇ ਉਦੋਂ ਸਤਿਕਾਰ ਕੀਤਾ, ਕਹਿੰਦੇ ਵੀ ਤੁਹਾਡਾ ਜਥਾ। ਮੈਂ ਕਿਹਾ ਹਾਂਜੀ, ਅਤੇ ਕਹਿੰਦੇ ਮੈਂ ਸਮਾਂ ਪ੍ਰਬੰਧਕ ਵੀਰਾਂ ਨੂੰ ਪਤਾ, ਇਹੀ ਦੱਸ ਸਕਦੇ ਆ ਵੀ ਹਾਜ਼ਰੀ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਹਾਜ਼ਰੀ ਲਵਾਉਣਗੇ। ਕਹਿੰਦੇ ਸਾਡੇ ਵੱਲੋਂ ਪਹਿਲਾਂ ਤੁਹਾਡਾ ਸਤਿਕਾਰ, ਉਹਨਾਂ ਵੱਲੋਂ 100 ਲੱਖ ਦਮੜਾ ਆਇਆ, ਸਤਿਗੁਰ ਕਿਰਪਾ ਕਰਨ, ਚੜ੍ਹਦੀ ਕਲਾ 'ਚ ਰੱਖਣ ਜੀ, ਹਰ ਮਦਾਨੇ ਫਤਿਹ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ। ਨਾਲ ਵੀਰ ਬੈਠੇ ਹਨ, ਉਹਨਾਂ ਦਾ ਨਾਮ ਮੈਨੂੰ ਨਹੀਂ ਪਤਾ ਵੀ ਕੀ ਨਾਮ ਹੈ। ਪ੍ਰਧਾਨ ਸਾਹਿਬ ਵੱਲੋਂ ਵੀ ਬੇਅੰਤ ਸਤਿਕਾਰ, ਸਕੱਤਰ ਸਾਹਿਬ ਵੱਲੋਂ ਬੇਅੰਤ ਅਸੀਸਾਂ। ਤਾਬਿਆਂ 'ਚ ਬੈਠ ਕੇ ਗੁਰੂ ਸਾਹਿਬ ਦੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਹਨ, ਉਹਨਾਂ ਵੱਲੋਂ ਬੇਅੰਤ ਅਸੀਸਾਂ। ਭੈਣਾਂ ਵੱਲੋਂ, ਵੀਰਾਂ ਵੱਲੋਂ, ਬਜ਼ੁਰਗਾਂ ਵੱਲੋਂ, ਬੱਚਿਆਂ ਵੱਲੋਂ ਬੇਅੰਤ ਅਸੀਸਾਂ, ਜਿਸ ਦਾ ਕੋਈ ਅੰਤ ਨਹੀਂ ਹੋਇਆ ਕਰਦਾ। ਸਤਿਗੁਰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ, ਹਰ ਮਦਾਨੇ ਫਤਿਹ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ। ਚੱਲਿਆ ਹੋਇਆ ਕਦਮ ਵਾਹਿਗੁਰੂ ਲੇਖੇ ਵੀ ਚਲਾਉਣ ਜੀ, ਜਿਸ ਸ਼ਰਧਾ ਔਰ ਭਾਵਨਾ ਦੇ ਨਾਲ ਆਪ ਜੀ ਨਤਮਸਤਕ ਹੋਣ ਆਏ ਹੋ ਗੁਰੂ ਦੇ ਚਰਨਾਂ ਦੇ ਵਿੱਚ। ਸਤਿਗੁਰ ਮਨ ਦੀਆਂ ਭਾਵਨਾਵਾਂ, ਮਨੋਕਾਮਨਾਵਾਂ, ਕੀਤੀਆਂ ਅਰਦਾਸਾਂ ਤੁਹਾਡੀਆਂ ਅਤੇ ਸਾਡੀਆਂ ਗੁਰੂ ਸਾਹਿਬ ਪ੍ਰਵਾਨ ਕਰ ਲੈਣ। ਕਮੇਟੀ ਦਾ ਸਤਿਕਾਰ ਆ ਜੀ, ਸਕੱਤਰ ਸਾਹਿਬ ਦੀ ਡਿਊਟੀ ਵੀ ਨਿਭਾ ਰਹੇ ਆ ਭਾਈ ਸਾਹਿਬ। 9 ਦੱਸ ਜੋ, 9 ਦੇ ਵਿੱਚ ਬੜੀ ਬਰਕਤ ਹੈ, 500 ਲੱਖ ਦਮੜਾ ਉਹਨਾਂ ਵੱਲੋਂ ਆਇਆ, ਬੱਚੀਆਂ ਨੂੰ ਅਸੀਸ ਆਈ ਹੈ। ਸਤਿਗੁਰ ਕਿਰਪਾ ਕਰਨ, ਕਹਿੰਦੇ 9 ਅਲਾਊਂਸ ਨਹੀਂ ਕਰਨਾ, ਕਿਉਂਕਿ ਕਈ ਵਾਰ ਇਹ ਹੋਇਆ ਕਰਦਾ ਕਿਸੇ ਦੇ ਨਾਮ ਨਾ ਅਲਾਊਂਸ ਕਰੀਏ, ਅਗਲਾ ਵਾਰ ਵਾਰ ਪੁੱਛਦਾ ਭੈਣ ਜੀ ਸਾਡਾ ਨਾਮ ਨਹੀਂ ਅਲਾਊਂਸ ਕੀਤਾ। ਗੁਪਤਦਾਨ ਮਹਾ ਕਲਿਆਣ, ਬੱਚਿਆਂ ਲਈ ਅਸੀਸਾਂ ਆਈਆਂ ਹਨ, ਸਤਿਗੁਰ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ, ਹਰ ਮਦਾਨੇ ਫਤਿਹ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ। ਕੀਤੀਆਂ ਹੋਈਆਂ ਇਹਨਾਂ ਦੀਆਂ ਸੇਵਾਵਾਂ ਪਰਸੋਂ ਰੋਜ਼ ਤੋਂ, ਸਤਿਗੁਰ ਇਹਨਾਂ ਦੀਆਂ ਸੇਵਾਵਾਂ ਸਫਲੀ ਕਰਨ। ਲਓ, ਸਕੱਤਰ ਸਾਹਿਬ ਨੇ ਆਖਿਆ ਵੀ ਜਿੰਨੀ ਦੇਰ ਅਸੀਂ ਇਸ਼ਾਰਾ ਨਹੀਂ ਕਰਦੇ, ਜਥਾ ਆਪਣੇ ਕੋਲ ਇੱਕ ਹੋਰ ਵੀ ਬੈਠਾ, ਇਹਨਾਂ ਕੋਲੋਂ ਵੀ ਸੁਣਨਾ, ਇਹਨਾਂ ਦਾ ਅੱਜ ਜਥੇਦਾਰ ਨਹੀਂ ਆਇਆ। ਅਤੇ ਮੁਕੰਮਲ ਜਥਾ ਕਿਰਪਾ ਗੁਰੂ ਦੀ, ਗੁਰੂ ਨੇ ਜੁਗਤੀ ਦੇ ਨਾਲ ਮੁਕਤੀ ਕਰਨੀ ਹੈ ਸਭ ਦੀ, ਪਰ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਰਹੀਏ, ਰਹੋ ਵਿਚਾਰ। ਗੁਰਬਾਣੀ ਦਾ ਫਰਮਾਨ ਹੈ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ, ਕਬੀਰ ਸੇਵਾ ਕੋਈ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਜਨਨੀ ਜਨੇ ਤੋ ਭਗਤ ਜਨ, ਕਹਿ ਦਾਤਾ ਕਹਿ ਸੂ ਨਹੀਂ ਤੋ ਜਨਨੀ, ਬਾਂਝ ਲੈ ਕਾਹੇ ਗਵਾਵੈ ਨੂਰ, ਹਮ ਸੰਤਨ ਕੀ ਰੇਨ ਪਿਆਰੇ,
ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਨੀ ਸੰਤ ਹਮਾਰਾ ਗਹਿਣਾ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਈਨ ਹਰਸਿਓ ਲੈਣ ਮਿਲਾਏ ਕਿਨਹੀ ਬਣ ਜਿਆ ਕੰਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਗੁਰੂ ਪਿਆਰਿਓ ਕਿਸੇ ਸ਼ਹਿਰ ਨੇ ਬੜੇ ਵਧੀਆ ਢੰਗ ਦੇ ਨਾਲ ਆਖਿਆ ਕਹਿੰਦਾ ਧੰਨ ਧਰਤੀ ਰਿਸ਼ੀਆਂ ਦੀ ਜਿੱਥੇ ਸਾਧੂ ਆਸਣ ਲਾਵੇ ਬਿਸਮਾਦ ਸਮਾਧੀ ਲਾ ਸੁਰਤਾ ਦਸਵੇਂ ਦੁਆਰ ਪਚਾਵੇ ਹੋ ਜਾਣ ਦਿਆਲ ਜਦੋਂ ਦਿੰਦੇ ਮਿੰਟ ਲਿਖੀਆਂ ਤਕਦੀਰਾਂ ਰੱਬ ਵਰਗੇ ਸੰਤਾਂ ਦੀ ਦੁਨੀਆਂ ਪੂਜ ਰਹੀ ਤਸਵੀਰਾਂ ਲੈ ਚੱਲੇ ਦੁਨੀਆ ਤੋਂ ਸੋਭਾ ਸਾਧੂ ਯੋਗ ਫਕੀਰਾਂ ਸ਼ਹਿਰ ਬੜੇ ਪਿਆਰ ਦੇ ਨਾਲ ਸਮਝਾਉਂਦਾ ਆਪਣੀ ਕਲਮ ਰਾਹੀਂ ਸੰਬੋਧਨ ਕਰਦਾ ਉਹ ਆਖਦਾ ਕਹਿੰਦਾ ਜਿੱਥੇ ਆਮ ਲੋਕਾਂ ਦੀ ਸੋਚ ਖਤਮ ਹੋ ਜਾਂਦੀ ਹੈ ਜਿੱਥੇ ਆਮ ਲੋਕਾਂ ਦੀ ਸੋਚ ਖਤਮ ਹੋ ਜਾਂਦੀ ਹੈ ਉਸ ਜਗ੍ਹਾ ਤੋਂ ਸਾਧੂ ਸੰਤ ਮਹਾਤਮਾ ਮਹਾਪੁਰਸ਼ਾਂ ਦੀ ਸੋਚ ਸ਼ੁਰੂ ਹੁੰਦੀ ਹੈ ਇਹ ਇੱਕ ਜ਼ਿੰਦਗੀ ਦਾ ਤੱਤ ਸਮਝਾਉਂਦੇ ਨੇ ਆਪ ਨਾਮ ਜਪਦੇ ਨੇ ਅਤੇ ਸਾਰੀ ਖਲਕਤ ਨੂੰ ਨਾਮ ਜਪਾਉਂਦੇ ਨੇ ਸਰਦੇ ਬਲਦੇ ਮਨਾਂ ਨੂੰ ਸੰਸਾਰ ਕਿਤੇ ਲੈ ਜਾਵੇ ਸਾਧੂਆਂ ਦੀ ਸ਼ਰਨ ਦੇ ਵਿੱਚ ਗੁਰੂ ਪਿਆਰਿਓ ਇੱਕੋ ਨਾਮ ਸ਼ਬਦ ਦੇ ਕੇ ਗੁਰੂ ਸ਼ਬਦ ਦੇ ਕੇ ਤਨ ਮਨ ਹਿਰਦੇ ਸ਼ਾਂਤ ਕਰ ਦਿੰਦੇ ਨੇ ਰੱਬ ਵਿੱਚ ਵਿਚੋਲੇ ਨੇ ਤਾਂਹੀਓ ਵਿਛੜੇ ਆ ਤਾਂ ਹੀ ਮਿਲਾਉਂਦੇ ਭੁੱਲੇ ਭਟਕੇ ਲੋਕਾਂ ਨੂੰ ਇਹਨੇ ਭਗਤੀ ਮਾਰਗ ਲਾਉਂਦੇ ਉਹ ਕੰਮ ਕਰਦਾ ਭਗਤਾਂ ਦੇ ਇਹ ਗੱਲ ਕਹਿੰਦੀ ਖਲਕਤ ਸਾਰੀ ਮਹਿਮਾ ਮਹਾਂਪੁਰਸ਼ਾਂ ਦੀ ਹੁੰਦੀ ਕੁੱਲ ਦੁਨੀਆ ਤੋਂ ਨਿਆਰੀ ਲਿਖਨੇ ਔਰ ਕਥਨੇ ਤੋਂ ਵਾਰੀਏ ਲਓ ਸੰਤਾਂ ਬਾਰੇ ਕਵੀ ਨੇ ਕਾਵਿ ਰਚਨਾ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਆਪਣੀ ਕਲਮ ਨੂੰ ਸ਼ਿੰਗਾਰ ਕੇ ਲਿਖਿਆ ਛੋਟੀਆਂ ਬੱਚੀਆਂ ਬੀਬੀ ਸਿਮਰਨਜੀਤ ਕੌਰ ਬੁਲਾਰਾ ਬੀਬੀ ਪਰਵਿੰਦਰ ਕੌਰ ਬੁਲਾਰਾ ਉਸ ਕਾਵਿ ਰਚਨਾ ਨੂੰ ਕਿਸ ਤਰ੍ਹਾਂ ਸ਼ਿੰਗਾਰ ਕੇ ਕਹਿਣ ਜਾ ਰਿਹਾ ਜੀ ਹੇ ਇਉਂ ਤੱਕਦੇ ਜਾਣਾ ਜੀ ਜਿੱਥੇ ਜਾ ਕੇ ਸੰਤ ਬੈਠਦੇ ਸੋਈ ਥਾਨ ਸੁਹੰਦਾ ਸਭ ਦੁਨੀਆ ਦਾ ਭਲਾ ਲੋੜਦੇ ਨਹੀਂ ਸੋਚਦੇ ਮੰਦਾ ਸਭ ਦੁਨੀਆ ਦਾ ਭਲਾ ਲੋੜਦੇ ਨਹੀਂ ਸੋਚਦੇ ਮੰਦਾ ਸੰਤਾਂ ਦੀ ਜੇ ਸ਼ਰਨੀ ਪਈ ਹੈ ਸੰਤਾਂ ਦੀ ਜੇ ਸ਼ਰਨੀ ਪਈ ਹੈ ਜਿੰਦੜੀ ਤਰੇ ਨਿਮਾਣੀ ਸੰਤ ਕਿਵੇਂ ਮਹਾਵੇਦ ਨ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕਿਵੇਂ ਮਹਾਵੇਦ ਨ ਜਾਣੇ ਕਹਿੰਦੀ ਹੈ ਗੁਰਬਾਣੀ ਲਾ ਸੁੱਕੀਆਂ ਹੋਵਣ ਹਰੀਆਂ ਜਿੱਥੇ ਨਿਗਾਹ ਸੰਤ ਦੀ ਪੈ ਜਾਏ ਖੁਸ਼ੀਆਂ ਦੇ ਲੱਗ ਜਾਵਣ ਮੇਲੇ ਦੁਖੀ ਕੋਈ ਨਾ ਰਹਿ ਜਾਏ ਖੁਸ਼ੀਆਂ ਦੇ ਲੱਗ ਜਾਵਣ ਮੇਲੇ ਦੁਖੀ ਕੋਈ ਨਾ ਰਹਿ ਜਾਏ ਫਕਰ ਦੀ ਜੇ ਮਿਹਰ ਹੋ ਜਵੇ ਫਕਰ ਦੀ ਜੇ ਮਿਹਰ ਹੋ ਜਵੇ ਸੁਲਝੇ ਉਲਝੀ ਤਾਣੀ ਸੰਤ ਕਿਵੇਂ ਮਹਾਵੇਦ ਨ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕਿਵੇਂ ਮਹਾਵੇਦ ਨ ਜਾਣੇ ਕਹਿੰਦੀ ਹੈ ਗੁਰਬਾਣੀ ਜਿੰਨਾ ਸਾਸ ਗਿਰਾਸ ਨ ਵਿਸਰੇ ਜਿੰਨਾ ਸਾਸ ਗਿਰਾਸ ਨ ਵਿਸਰੇ ਹਰ ਨਾਮਾ ਮਨ
ਬਲਵੰਤ ਧਨ ਸਸੇਈ ਨਾਨਕਾ ਪੂਰਨ ਸੋਈ ਸੰਤ ਧਨ ਸਸੇਈ ਨਾਨਕਾ ਪੂਰਨ ਸੋਈ ਸੰਤ ਸੰਤਾਂ ਦੇ ਕਮਿਆਂ ਪਿਓ ਕਰਦਾ ਸੰਤਾਂ ਦੇ ਕਮਿਆਂ ਪਿਓ ਕਰਦਾ ਨਹੀਂ ਜੇ ਝੂਠ ਕਹਾਣੀ ਸੰਤ ਕਿਵੇਂ ਮਾਂ ਬੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕਿਵੇਂ ਮਾਂ ਬੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਦੁੱਖ ਸੁੱਖ ਤੋਵੇਂ ਸਮ ਕਰ ਜਾਣੇ ਉਹ ਸੰਤ ਹੈ ਪੂਰਾ ਜੋ ਬਾਣੇ ਵਿੱਚ ਰਹੇ ਉਸ ਦੇ ਲੋਕ ਆਖਦੇ ਸੂਰਾ ਲੋਕ ਆਖਦੇ ਸੂਰਾ ਸੰਤ ਪ੍ਰਭੂ ਦੀ ਗੋਦ ਚ ਖੇਡੇ ਸੰਤ ਪ੍ਰਭੂ ਦੀ ਗੋਦ ਚ ਖੇਡੇ ਬਣ ਰਾਮ ਦੇ ਹਾਣੀ ਸੰਤ ਕਿਵੇਂ ਮਾਂ ਬੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕਿਵੇਂ ਮਾਂ ਬੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਜਪਾਉਂਦੇ ਨੇ ਮਾੜੇ ਕੰਮਾਂ ਤਾਈਂ ਬਰਜ ਕੇ ਚੰਗੇ ਰਸਤੇ ਪਾਉਂਦੇ ਨੇ ਮਾੜੇ ਕੰਮਾਂ ਤਾਈਂ ਬਰਜ ਕੇ ਚੰਗੇ ਰਸਤੇ ਪਾਉਂਦੇ ਨੇ ਸ਼ਰਨ ਸੰਤ ਦੀ ਜੋ ਪੈ ਜਾਂਦੇ ਸ਼ਰਨ ਸੰਤ ਦੀ ਜੋ ਪੈ ਜਾਂਦੇ ਮੋਜਾ ਜਾਂਦੇ ਮਾਣੀ ਸੰਤ ਕਿਵੇਂ ਕਹਿੰਦੀ ਹੈ ਗੁਰਬਾਣੀ ਸੰਤ ਕਿਵੇਂ ਮਾਂ ਬੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਦੀ ਜੋ ਪੈ ਜਾਂਦੇ ਮੋਜ ਜਾਂਦੇ ਮਾਣੀ ਸੰਤ ਕਿਵੇਂ ਮਾਂ ਬੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕਿਵੇਂ ਮਾਂ ਬੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਜਿਨ੍ਹਾਂ ਦੇ ਖੁਸ਼ ਹੋ ਜਾਵਣ ਮੇਰਾ ਕਰਦੇ ਬੜੀਆਂ ਰਿੱਧੀਆਂ ਸਿੱਧੀਆਂ ਸਦਾ ਉਹਨਾਂ ਦੇ ਰਹਿਣ ਦੁਆਰੇ ਖੜੀਆਂ ਰਿੱਧੀਆਂ ਸਿੱਧੀਆਂ ਸਦਾ ਉਹਨਾਂ ਦੇ ਰਹਿਣ ਦੁਆਰੇ ਖੜੀਆਂ ਪੂਰਾ ਸੰਤ ਜਿਹਨੂੰ ਮਿਲ ਜਾਵੇ ਪੂਰਾ ਸੰਤ ਜਿਹਨੂੰ ਮਿਲ ਜਾਵੇ ਕਿਉਂ ਨਾ ਤਰੇ ਪ੍ਰਾਣੀ ਸੰਤ ਕਿਵੇਂ ਮਾਂ ਬੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕਿਵੇਂ ਮਾਂ ਬੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਕਰਦਾ ਜੋ ਸੰਤਾਂ ਦੀ ਨਿੰਦਿਆ ਉਹ ਨਰਕਾਂ ਨੂੰ ਜਾਵੇ ਕੀਤੀ ਤਾਂ ਫਲ ਪਾਵਣ ਦੇ ਲਈ ਜੂਨਾਂ ਦੇ ਵਿੱਚ ਆਵੇ ਕੀਤੀ ਦਾ ਫਲ ਪਾ
ਫਿਰ ਸਮਾਏ ਹੱਥ ਨਹੀਂ ਹੋਣਾ ਰਹੂ ਸਦਾ ਪਛਤਾਣੀ ਸੰਤ ਕੀ ਮਹਿਮਾ ਵੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕੀ ਮਹਿਮਾ ਵੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਸੰਤਾਂ ਦੇ ਦਰ ਜਾਵਣ ਮਗਰੋਂ ਸੇਵਕ ਮੇਲੇ ਲਾਉਂਦੇ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਦੂਰੋਂ ਦੂਰੋਂ ਆਉਂਦੇ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਦੂਰੋਂ ਦੂਰੋਂ ਆਉਂਦੇ ਨੇ ਸੰਤਾਂ ਦੇ ਦਰ ਉੱਤੇ ਜਾ ਕੇ ਸੰਤਾਂ ਦੇ ਦਰ ਉੱਤੇ ਜਾ ਕੇ ਚਾਹੀਏ ਸੇਵਕ ਮਾੜੀ ਸੰਤ ਕੀ ਮਹਿਮਾ ਵੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕੀ ਮਹਿਮਾ ਵੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਹੀਰਾ ਜਨਮਾ ਮੋਲਕ ਮਿਲਿਆ ਲਹਾਏ ਸਦਾ ਲੈ ਜਾਓ ਸੱਚਾ ਸਾਧੂ ਦੇਖ ਬਰਖ ਕੇ ਉਹਦੀ ਸ਼ਰਨੀ ਪੈ ਜਾਓ ਸੱਚਾ ਸਾਧੂ ਦੇਖ ਬਰਖ ਕੇ ਉਹਦੀ ਸ਼ਰਨੀ ਪੈ ਜਾਓ ਦੋਹਾਂ ਸਾਥੀਆਂ ਰਲ ਕੇ ਉਸ ਦੀ ਸਿਫਤ ਕਵਲ ਨਾਲ ਗਾਉਣੀ ਸੰਤ ਕਿਵੇਂ ਮਹਾਵੇਦ ਨ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕਿਵੇਂ ਮਹਾਵੇਦ ਨ ਜਾਣੇ ਕਹਿੰਦੀ ਹੈ ਗੁਰਬਾਣੀ ਸੰਤ ਕੀ ਮਹਿਮਾ ਵੇਦ ਨਾ ਜਾਣੇ ਕਹਿੰਦੀ ਹੈ ਗੁਰਬਾਣੀ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ ਸਾਧੂਆਂ ਤੋਂ ਬਾਰੇ ਬਾਰੇ ਜਾਈਏ ਸੰਗਤੇ ਆ ਰੱਬ ਜਿਹਾ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਲਿਖਣੇ ਔਰ ਕਥਨੇ ਤੋਂ ਵਾਰੀ ਹੈ ਕੋਈ ਵਿਦਵਾਨ ਆਖਦਾ ਕਹਿੰਦਾ ਜੇ ਸਾਧੂ 12 ਸਾਲ ਤਪ ਕਰੇ ਸਾਧੂ 12 ਸਾਲ ਤਪ ਕਰੇ ਜਿਹੜਾ ਗ੍ਰਿਸਤੀ ਬੰਦਾ ਉਹ 1 ਸਾਲ ਤਪ ਕਰੇ ਸਾਧੂ 12 ਸਾਲ ਤਪ ਕਰੇ ਜਿਹੜਾ ਗ੍ਰਿਸਤੀ ਗ੍ਰਿਸਤ ਦੇ ਵਿੱਚ ਹੈ ਉਹ 1 ਸਾਲ ਤਪ ਕਰੇ ਜਿਹੜੀ ਪਤੀ ਵਰਤਾ ਔਰਤ ਹੈ ਪਤੀ ਦਾ ਕਹਿਣਾ ਮੰਨਦੀ ਹੈ ਪਤੀ ਦੇ ਮੂਹਰੇ ਨਹੀਂ ਬੋਲਦੀ ਪਤੀ ਦਾ ਹੁਕਮ ਮੰਨਦੀ ਹੈ ਪਤੀ ਵਰਤਾ ਔਰਤ 1 ਮਹੀਨਾ ਤਪ ਕਰੇ ਬਰਾਬਰ ਦਾ ਫਲ ਮਿਲਦਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਹੈ ਉਸਤਤ ਹੈ ਮਹਿਮਾ ਜੈ ਜੈਕਾਰਾ ਹੋ ਰਹੀਆਂ ਕਿਉਂਕਿ ਜਿਹੜੇ ਸਾਧੂ ਸੰਤ ਮਹਾਤਮਾ ਮਹਾਂਪੁਰਖ ਦੁਨੀਆਂ 'ਤੇ ਕੁਛ ਕਰਕੇ ਕਮਾ ਕੇ ਜਾਂਦੇ ਹਨ ਅਤੇ ਗੁਰੂ ਪਿਆਰਿਓ ਟੁੱਟੀਆਂ ਰੂਹਾਂ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਕਰਕੇ ਜਾਂਦੇ ਹਨ ਮੇਲੇ ਉਹਨਾਂ ਦੇ ਲੱਗਿਆ ਕਰਦੇ ਆ ਅਤੇ ਗੁਰੂ ਪਿਆਰਿਓ ਜੇ ਆਪਾਂ ਸੋਚੀਏ ਘਰ ਪਰਿਵਾਰ ਦੇ ਵਿੱਚੋਂ 1 ਜੀ ਕਹਿਣਾ ਨਹੀਂ ਮੰਨਦਾ ਮਨਾ ਕੇ ਦੇਖ ਲਈਏ ਕਹਿੰਦੇ ਬਾਪੂ ਬਹਿ ਜਾ ਟਿੱਕ ਕੇ ਤੈਨੂੰ ਬਾਹਲਾ ਪਤਾ ਸਾਨੂੰ ਸਾਰਾ ਹੀ ਪਤਾ ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹੀ ਹਾਂ ਸਾਰੇ ਪਾਸੇ ਬੱਚੇ ਵੀ ਕਹਿਣਾ ਨਹੀਂ ਮੰਨਦੇ ਸਾਰੀ ਗੱਲ ਆ ਜਿਹੜੀ ਬਾਹਰੋਂ ਮੋਬਾਈਲ ਭੇਜ ਦਿੱਤੇ ਸੈਂਸ ਨੇ ਇਹਨਾਂ ਨੇ ਖਰਾਬ ਕਰ ਦਿੱਤਾ ਨਹੀਂ ਤਾਂ ਅੱਜ ਵੀ ਜਿਹੜੀਆਂ ਭੈਣਾਂ ਹਨ 50-50, 60-60 ਸਾਲ ਦੇ ਵੀਰ ਹਨ ਜੇ ਬਾਪ ਸਾਹਮਣੇ ਬੈਠਾ ਹੋਵੇ ਇੱਕੋ ਆਵਾਜ਼ ਨਾਲ ਕੋਈ ਗੱਲ ਕਹਿ ਦੇ ਅੱਖਾਂ ਦੀ ਸ਼ਰਮ ਕਰਦੇ ਆ ਹਲੇ ਵੀ
ਆਪ ਜੀ ਸਭ ਜਾਣੂ ਹੋ, ਸਿਆਣੇ ਹੋ। ਲਓ ਇੱਕ ਜਥਾ ਆਪਣੇ ਕੋਲ ਹੋਰ ਆ ਗਿਆ, ਇਹਨਾਂ ਨੂੰ ਵੀ ਸਮਾਂ ਦੇਣਾ। ਬਾਬਾ ਜੀ ਬ੍ਰਹਮੀ ਵਾਲੇ ਸੰਤ ਮਹਾਂਪੁਰਸ਼ ਭਰਪੂਰ ਸਿੰਘ ਜੀ, ਉਹਨਾਂ ਵੱਲੋਂ 100 ਲੱਖ ਦੁਮੜਾ ਆਇਆ, ਉਹਨਾਂ ਦੇ ਸੇਵਾਦਾਰ ਆ ਕਰਕੇ ਗਏ, ਨਾਲੇ ਸੁਨੇਹਾ ਦੇ ਕੇ ਗਏ ਆ ਬਈ ਤੁਸੀਂ ਗੁਬਾਰੇ ਪਿੰਡ ਪਹੁੰਚਣਾ, ਤੁਹਾਡੇ ਨਗਰ 'ਚੋਂ ਹੀ ਇੱਥੋਂ ਹੀ ਪ੍ਰੋਗਰਾਮ ਮਿਲ ਗਿਆ। ਇਹ ਕਿਰਪਾ ਗੁਰੂ ਦੀ ਆ, ਕਿਉਂਕਿ ਸੱਦਾ ਪੱਤਰ ਤਾਂ ਸੰਗਤ ਵੱਲੋਂ ਹੀ ਹੁੰਦਾ, ਸੰਗਤ ਦੇ ਵਿੱਚ ਖੜ ਕੇ ਸੰਗਤਾਂ ਦੇ ਜੋੜੇ ਝਾੜਦੇ ਹਾਂ, ਅਤੇ ਗੁਰੂ ਪਿਆਰੇ ਸਤਿਗੁਰ ਫਿਰ ਆਪ ਹੀ ਵਡਿਆਈ ਦਿੰਦੇ ਜਾਂਦੇ ਆ। ਉਹਨਾਂ ਵੱਲੋਂ 100 ਲੱਖ ਕਹਿੰਦੇ ਸੰਤਾਂ ਦੇ ਨਾਮ 'ਤੇ ਆ, ਹੋਰ ਵੀ ਗੁਰਸਿੱਖ ਸੰਗਤਾਂ ਵੱਲੋਂ ਬੇਅੰਤ ਮਾਣ ਬੇਅੰਤ ਅਸੀਸਾਂ ਆਈਆਂ ਹਨ, ਭੈਣਾਂ ਵੱਲੋਂ, ਵੀਰਾਂ ਵੱਲੋਂ, ਬਜ਼ੁਰਗਾਂ ਵੱਲੋਂ, ਪ੍ਰਬੰਧਕ ਵੀਰਾਂ ਵੱਲੋਂ, ਸਕੱਤਰ ਸਾਹਿਬ ਵੱਲੋਂ, ਚੋਰ ਸਾਹਿਬ ਕਰ ਰਹੇ ਆ ਭਾਈ ਸਾਹਿਬ ਗੁਰੂ ਸਾਹਿਬ ਦੇ ਤਾਬਿਆਂ 'ਤੇ ਬੈਠ ਕੇ ਉਹਨਾਂ ਵੱਲੋਂ ਬੇਅੰਤ ਸਤਿਕਾਰ, ਦੇਸਾਂ ਵਿਦੇਸਾਂ ਦੇ ਵਿੱਚ ਆ ਮੂਵੀ ਦੇ ਵਿੱਚ ਫਿੱਟ ਕਰਕੇ ਲਾਈਵ ਪ੍ਰੋਗਰਾਮ ਜੋ ਚੱਲ ਰਿਹਾ, ਇਹਨਾਂ ਵੱਲੋਂ ਬੇਅੰਤ ਅਸੀਸਾਂ ਸੌਂਡ ਵਾਲੇ ਵੀਰ ਦਾ ਧੰਨਵਾਦ, ਜੋ ਬੁਲਾਰੇ ਦੀਆਂ ਬਾਹਾਂ ਹੋਇਆ ਕਰਦਾ, ਸੌਂਡ ਬਿਨਾਂ ਬੁਲਾਰਾ ਕੁਝ ਨਹੀਂ ਹੈ। ਲਓ ਅਗਲਾ ਸਮਾਂ ਸਕੱਤਰ ਸਾਹਿਬ ਜੀ ਦੱਸਣਗੇ, ਦੱਸੋ ਲਾਈਏ ਕਵਿਤਾ ਹੋਰ ਸਮਾਪਤੀ ਵਾਲੇ ਜਥਾ, ਟਾਈਮ ਭੱਜਦਾ ਜਾ ਰਿਹਾ। ਲਓ ਵਕਤ ਵਿਚਾਰੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ, ਜਿਵੇਂ ਸਾਡਾ ਸਤਿਕਾਰ ਕੀਤਾ, ਅਸੀਂ ਆ ਰੂਹਾਂ ਜਾਣਦੀਆਂ ਹਨ ਅਤੇ ਗੁਰੂ ਪਿਆਰਿਓ ਇਹਨਾਂ ਦਾ ਵੀ ਸਤਿਕਾਰ ਉਸੇ ਤਰ੍ਹਾਂ ਕਰਨਾ। ਮਾਛੀਵਾੜੇ ਤੋਂ ਜਥਾ ਚੱਲ ਕੇ ਆਇਆ ਮਾਛੀਵਾੜਾ ਸਾਹਿਬ ਤੋਂ, ਚਰਨ ਕਮਲ ਸਾਹਿਬ ਤੋਂ, ਅਤੇ ਇਹਨਾਂ ਦਾ ਵੀ ਸਤਿਕਾਰ ਉਵੇਂ ਕਰਨਾ ਜਿਵੇਂ ਸਾਡਾ ਸਤਿਕਾਰ ਕੀਤਾ। ਬਹੁਤ ਸਤਿਕਾਰਯੋਗ ਜੀ ਆਇਆ ਸਭ ਸੰਗਤਾਂ ਨੂੰ, ਦੇਹੋ ਸੱਜਣ ਅਸੀਸੜੀਆਂ, ਹੋਵੇ ਸਹਿਬ ਸੁਮੇਲ, ਸਾਰੀਆਂ ਸੰਗਤਾਂ ਪਿਆਰ ਦੇ ਨਾਲ ਆਖ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।